ਤੁਰ ਜਾਂਦਾ ਏ।
ਪਸਲੀ ਦਾ ਛੇਤੇ ਜਾਣਾ।
ਦੱਸਿਆ ਬਾਈਬਲ ਦੇ ਵਿੱਚ ਲਿਖਿਆ ਕਿ ਜਦ ਗੁਰੂ ਯੀਸ਼ੂ ਮਸੀਹ ਜੀ ਨੂੰ ਸਲੀਬ ਤੇ ਚੜਾਉਣਾ ਸੀ ਉਸ ਤੋਂ ਪਹਿਲਾਂ ਉਹ ਆਪਣੇ ਚੇਲਿਆਂ ਦੇ ਨਾਲ ਪ੍ਰਾਰਥਨਾ ਕਰਨ ਵਾਸਤੇ ਗਏ ਔਰ ਬਾਈਬਲ ਦੇ ਵਿੱਚ ਲਿਖਿਆ ਕਿ ਉਸ ਸਮੇਂ ਗੁਰੂ ਜੀ ਬੜੇ ਜ਼ਿਆਦਾ ਪਰੇਸ਼ਾਨ ਸੀ, ਬੜੇ ਵਿਆਕੁਲ ਸੀ। ਬਾਈਬਲ ਦੱਸਦੀ ਕਿ ਉਹ ਮਰਨ ਦੀ ਤਦਾਦ 'ਤੇ ਸੀ ਕਿਉਂਕਿ ਕਲੀਸਿਆ ਪ੍ਰਭੂ ਜੀ ਵੀ ਸਰੀਰ ਵਿੱਚ ਸੀ, ਉਹਨਾਂ ਨੂੰ ਪਤਾ ਸੀ ਕਿ ਮੇਰੇ ਵੀ ਦਰਦ ਹੋਣੀ ਆ। ਬਾਈਬਲ ਦੱਸਦੀ ਆ ਕਿ ਪ੍ਰਭੂ ਜੀ ਨੇ ਬੋਲਿਆ ਕਿ ਹੇ ਪਿਤਾ, ਹੇ ਅੱਬਾ, ਅਗਰ ਹੋ ਸਕੇ ਤਾਂ ਇਹ ਮੌਤ ਦਾ ਪਿਆਲਾ ਮੇਰੇ ਤੋਂ ਟਲ ਜਾਵੇ, ਪਰ ਫਿਰ ਵੀ ਪਿਤਾ ਮੇਰੀ ਮਰਜ਼ੀ ਨਹੀਂ, ਪਿਤਾ ਤੇਰੀ ਮਰਜ਼ੀ ਪੂਰੀ ਹੋਵੇ। ਸੱਚਮੁੱਚ ਕਲੀਸਿਆ, ਪ੍ਰਭੂ ਨੇ ਸਾਡੇ ਨਾਲ ਅਜਿਹਾ ਪ੍ਰੇਮ ਕੀਤਾ, ਉਹਨਾਂ ਨੇ ਕੋਈ ਗਲਤੀ ਨਹੀਂ ਸੀ ਕੀਤੀ, ਕੋਈ ਗੁਨਾਹ ਨਹੀਂ ਸੀ ਕੀਤਾ, ਪਰ ਫਿਰ ਵੀ ਕਲੀਸਿਆ ਉਹਨਾਂ ਨੇ ਇਸ ਵੱਡੇ ਦੁੱਖ ਨੂੰ ਸਿਆ ਸਾਡੀ ਖਾਤਰ, ਸਾਡੇ ਗੁਨਾਹਾਂ ਦੀ ਖਾਤਰ ਉਹਨਾਂ ਨੇ ਇਸ ਵੱਡੇ ਦੁੱਖ ਨੂੰ ਆਪਣੇ ਜਿਸਮ 'ਤੇ ਸਹਿ ਲਿਆ। ਕਲੀਸਿਆ, ਅੱਜ ਤੁਹਾਡੇ ਵਿੱਚੋਂ ਕਿੰਨੇ ਵਿਸ਼ਵਾਸ ਕਰਦੇ ਨੇ ਕਲੀਸਿਆ, ਕਿੰਨੇ ਆਪਣੇ ਮਨ ਨੂੰ ਤਿਆਰ ਕਰਦੇ ਨੇ ਕਿ ਪਰਮੇਸ਼ੁਰ ਜਿਵੇਂ ਪ੍ਰਭੂ ਨੇ ਤੇਰੀ ਇੱਛਾ ਨੂੰ ਪੂਰਾ ਕੀਤਾ, ਅੱਜ ਮੈਂ ਵੀ ਪਰਮੇਸ਼ੁਰ ਤੇਰੀ ਇੱਛਾ ਨੂੰ ਪੂਰਾ ਕਰਨ ਵਾਲਾ ਮਨ ਤਿਆਰ ਕਰਦਾ। ਤੁਹਾਡੇ ਵਿੱਚੋਂ ਅੱਜ ਕਿੰਨੇ ਵਿਸ਼ਵਾਸ ਕਰਦੇ ਨੇ ਕਿ ਪਰਮੇਸ਼ੁਰ ਮੈਂ ਵੀ ਤੇਰੀ ਇੱਛਾ ਨੂੰ ਪੂਰਾ ਕਰਾਂਗਾ ਜਿਵੇਂ ਪ੍ਰਭੂ ਨੇ ਤੇਰੀ ਇੱਛਾ ਨੂੰ ਪੂਰਾ ਕੀਤਾ। ਸੱਚਮੁੱਚ ਕਲੀਸਿਆ, ਆਪਣੇ ਮਨਾਂ ਨੂੰ ਤਿਆਰ ਕਰਦੇ ਹੋਏ ਪਿਤਾ ਤੇਰੀ ਮਰਜ਼ੀ ਨੂੰ ਬਸ ਪੂਰੀ ਕਰਾਂ ਮੈਂ, ਮਨ 'ਚ ਵਿਚਾਰ ਤੁਰ ਜਾਂਦਾ ਏ।
ਮੈਂ ਤੋਂ ਲਾ ਕੇ ਉਹਦੇ ਕੱਪੜੇ ਨੂੰ ਵੰਡੇ ਅਸੀਂ ਹੋਈ ਸੀ ਬੇਅਦੇ ਵੀ ਖੁਦਾ ਦੀ ਜਿਸ ਮੈਂ ਤੋਂ ਲਾ ਪਾ